ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਲਓ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ, ਬਹੁਤ ਸੋਹਣਾ ਮਤਲਬ ਮੌਸਮ ਹੈ, ਖੁਸ਼ਕ ਜਿਹਾ ਮੌਸਮ ਹੋਇਆ ਵਾ ਅਤੇ ਸਪਰੇਹਾਂ ਨੂੰ ਲੱਗੇ ਹੋਏ ਆ। ਵੱਟਾਂ ਦੇਖੋ ਤਾਂ ਐਨ ਬਣਾਈਆਂ ਪਈਆਂ ਕਿ ਨਹੀਂ, ਸੜਕਾਂ ਵਾਂਗ ਕੱਢੀਆਂ ਪਈਆਂ। ਐਤਕੀ ਮੇਰਾ ਖੁਸ਼ਪ੍ਰੀਤ ਦਾ ਜਿਹੜੀ ਸਾਡਾ ਜ਼ਿਆਦਾਤਰ ਐਤਕੀ ਫੋਕਸ ਨਾ ਜੀਰੀ ਦਾ, ਤਾਂ ਚਲੋ ਨਿਬੜ ਗਿਆ ਕੰਮ ਜਿਹੜਾ ਨਿਬੜ ਗਿਆ, ਵੱਟਾਂ ਕਹਿੰਦੀ ਨੂੰ ਬਹੁਤ ਹੋਏ ਪਿਆ ਹੁਣ ਵੀ ਉਹ ਚੱਲ ਰਿਹਾ, ਉਹ ਤੁਹਾਨੂੰ ਦਿਖਦਾ ਹੋਊਗਾ। ਹੁਣ ਰੋਜ਼ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਪੰਪ ਲਾਈ ਜਾਂਦੇ ਹਾਂ, ਕਿਉਂਕਿ ਦੋ ਦੋ ਤਿੰਨ ਤਿੰਨ ਪੰਪ ਨਾਲ ਵੀ ਨਾ ਕਾਫੀ ਏਰੀਆ ਜਿਹੜਾ ਕਵਰ ਹੋ ਜਾਂਦਾ। ਅਤੇ ਹੁਣ ਟਰੈਕਟਰ ਪਿੱਛੇ ਪੰਪ ਰੱਖ ਲਿਆ ਮੈਂ, ਇੱਕ ਪੰਪ ਨਾਲ ਸਪੇਅਰ ਰੱਖਿਆ ਵਾ, ਬਾਈ ਚਾਂਸ ਬੈਟਰੀ ਬੂੰਟਰੀ ਡਾਊਨ ਹੋ ਜਾਂਦੀ ਹੈ ਫਿਰ ਉਹ ਪੰਪ ਆਪਣਾ ਚੇਂਜ ਹੋ ਜਾਂਦਾ, ਹੈ ਨਾ, ਰੈਗੂਲੇਟਰ ਨਾਲ ਚੱਲਦਾ। ਬੜਾ ਸੋਹਣਾ ਫੁਆਰਾ, ਆ ਜਿਹੜੀਆਂ ਮੁਰੇ ਆ ਲਾ ਲੈਂਦੇ ਨਾ ਨਿਊਜ਼ ਲਾਈਆਂ, ਕੱਪ ਲਾਉਣ ਦੀ ਵੀ ਲੋੜ ਨਹੀਂ ਇਹਦੇ ਨਾਲ, ਮਤਲਬ ਇਹਦੇ ਬਟਨ ਵਾਲੇ ਆ, ਦੋ ਬਟਨ ਨਾ ਦੱਬ ਰੈਗੂਲੇਟਰ ਜਾਂ ਹੁੰਦਾ, ਰੈਗੂਲੇਟਰ ਨਾਲ ਹਲਕਾ ਜਿਹਾ ਚਲਾ ਲਓ। ਬੜਾ ਸੋਹਣਾ ਕਾਖਾ ਦੇਖੋ, ਐਨ ਫੜਕਾਇਆ ਪਿਆ ਕਿ ਨਹੀਂ, ਲਟਾ ਲਟਾ ਸੜਤਾ। ਅਤੇ ਚੱਲਦੇ ਹਾਂ, ਬਾਕੀ ਚਰੀ ਵਾਲਾ ਵਿਹਲਾ ਕਰ ਰਹੇ ਹਾਂ, ਚਾਚੀ ਹੋਣੀ ਉੱਧਰ ਲੱਗੇ ਪਏ ਕੱਦੂ ਦਾ ਨਿਬੇੜ ਦੇਣਾ, ਕਹਿੰਦੇ ਬਸ ਇੱਕ ਦੋ ਦਿਨ ਦੇ ਵਿੱਚ ਜਿਹੜਾ ਚਰੀ ਵਾਲਾ। ਅਖੀਰ 'ਚ ਜੰਗ ਆਪਣੇ ਜ਼ਿਮੀਂਦਾਰ ਦੀ ਆਹੀ ਚੱਲਦੀ ਹੁੰਦੀ ਹੈ, ਫਟਾਫਟ ਚਰੀ ਨਿਬੇੜੋ, ਫਟਾਫਟ ਆਪਣਾ ਫਿਰ ਪਨੀਰੀ ਵਾਲਾ ਕੱਦੂ ਕਰਕੇ ਆਪਾਂ ਵਿਹਲੇ ਹੋਈਏ, ਹੈ ਨਾ। ਅਤੇ ਹੁਣ ਤੁਹਾਨੂੰ ਦਿਖਾਉਣਾ ਅੱਜ ਚਰੀ ਦੇਖਿਓ ਕਿੰਨੀ ਆ, ਹੁਣ ਘੱਟੋ ਘੱਟ ਦੋ ਜਾਂ ਤਿੰਨ ਤਿੰਨ ਤੋਂ ਵੀ ਚਾਰ ਗੇੜੇ ਲੱਗਣੇ ਆ ਸਕੰਜਿਆਂ ਦੇ, ਇੰਨੀ ਚਰੀ ਹੋ ਜਾਣੀ ਆ ਫਟਾਫਟ। ਬਸ ਐਂ ਕਾਹਲੀ ਹੁੰਦੀ ਹੈ ਵੀ ਚਰੀ ਹਰਾ ਨਿਬੇੜ ਕੇ ਵਿਹਲੇ ਹੋਈਏ ਯਾਰ, ਫਿਰ ਆਪਣਾ ਰੇਹਾਂ ਰੂਹਾਂ ਦੇ ਦੁਆਲੇ ਹੋਈਏ। ਤਕਰੀਬਨ ਅਸੀਂ ਤਾਂ ਦੂਆ ਦੂਆ ਥੈਲਾ ਵੀ ਨੇੜੇ ਲਾ ਚੱਲੇ ਯੂਰੀਏ ਦਾ, 124 ਬੀਜ ਦੇ ਵਿੱਚ 26 ਦੇ ਵਿੱਚ, ਹੈ ਨਾ। ਅਤੇ ਦਿਖਾਉਣਾ ਤੁਹਾਨੂੰ, ਨਿਗਾਹ ਮਿਲਾਉਣਾ ਮੈਂ, ਆਹ ਦੇਖੋ ਆਹ 124 ਵਰਾਇਟੀ ਆਪਣੀ, ਇਹਦੇ ਵਿੱਚ ਹੁਣ ਦੂਆ ਦੂਆ ਥੈਲਾ, ਮਤਲਬ ਅੱਜ ਅਸੀਂ ਪੰਜੇ ਨੂੰ ਆ ਕੇ ਹਵਾ ਦਾ ਬਹਾਅ ਜਿਹੜਾ ਥੋੜ੍ਹਾ ਜਿਹਾ ਇੱਕ ਡਾਊਨ ਹੋ ਜਾਂਦਾ, ਘੱਟ ਜਾਂਦੀ ਹੈ, ਟਿਕਵੀਂ ਜੀ ਇੰਨੀ ਸੋਹਣੀ ਮਤਲਬ ਸਪਰੇਅ ਹੁੰਦੀ ਹੈ ਨਾ, ਫਿਰ ਬੂਝਿਆਂ 'ਤੇ ਨਹੀਂ ਪੈਂਦੀ ਹੈ, ਬਚਾਓ ਰਹਿੰਦਾ। ਹਲੇ ਮੇਰੇ 'ਤੇ ਮਾੜਾ ਮੋਟਾ ਫੁਆਰਾ ਵੱਜ ਵੀ ਜਾਂਦਾ, ਪਰ ਗੂਗੀ ਐਨ ਪੂਰਾ ਸਟ੍ਰਿਕਟ ਰਹਿੰਦਾ ਪੂਰਾ, ਵੀ ਹਾਂ ਮੈਨੂੰ ਦੱਸ ਦਿੰਦਾ, ਕਹਿੰਦਾ ਦੇਖ ਲਾ ਤਾਂ ਇੱਥੇ ਇੰਨੇ ਬੂਝੇ ਰਗੜਦੇ। ਮੈਂ ਚੱਲ ਕੋਈ ਨਾ ਬਾਈ, ਹਲੇ ਸਿੱਖ ਜੂਗਾ, ਕਿਉਂਕਿ ਮੈਨੂੰ ਦੋ ਕੁ ਦਿਨ ਹੋਇਆ, ਇੱਕ ਦੋ ਦਿਨ, ਉਹ ਸੋਹਣਾ ਕੱਢੀ ਜਾਂਦਾ ਕੰਮ, ਦੀਵਾਰ 'ਤੇ ਵੀ ਜਿੱਧਰ ਨੂੰ ਲੋਡ ਜਿਹਾ ਲੱਗਦਾ ਉੱਧਰ ਨੂੰ ਦੀਵਾਰ 'ਤੇ ਵੀ ਘੁੰਮ ਜਾਂਦਾ ਉਹ। ਜੇ ਹੁਣ ਆਪਾਂ ਚੱਲਦੇ ਹਾਂ ਦੂਜੀ ਮੋਟਰ 'ਤੇ, ਉਹ ਸਾਹਮਣੇ ਆਪਣੇ ਗੁੱਪ ਲੱਗੇ ਨੇ ਉੱਥੇ, ਉਹ ਮੋਟਰ 'ਤੇ ਜਾਣਾ ਆਪਾਂ ਨੇ, ਆਹ ਸਿੱਧੀ ਪਈ ਜਾਂਦੀ ਆ, ਜਾ ਕੇ ਦਿਖਾਉਣਾ ਉੱਥੇ ਕੀ ਕਰ ਪਈ ਚੱਲ। ਐਤਕੀ ਆ ਇਹਦੇ ਪਿੱਛੇ ਚੰਗਾ ਸਕੰਜਾ ਪਿਆ ਵਾ, ਸਾਰਾ ਰੇਲੂ ਟਰੈਕਟਰ ਨੇ ਏਸੀ ਨੇ ਪਵਾਇਆ, ਕਿ ਕਾਹਨੂੰ ਵਾਰ ਵਾਰ ਕੱਢਣਾ, ਉਹ ਕਿਹੜੇ ਬੈਂਟਰੀਆਂ 'ਤੇ ਚੱਲਦੇ ਆ ਰੇਲ, ਉਹਨਾਂ ਨੇ ਵੀ ਇੰਨਾ ਕੇ ਖਾਣਾ। ਹੁਣ ਐਂ ਵੀ ਕੱਢ ਕਢਾਈਆ, ਕਿੰਨਾ ਕੁ ਚੱਲਣਾ ਹੁੰਦਾ, ਕਿਲੋਮੀਟਰ ਚੱਲਣਾ, 2 ਕਿਲੋਮੀਟਰ ਚੱਲਣਾ ਵੱਧ ਤੋਂ ਵੱਧ। ਹੁਣ ਧੋ ਧੁੱਕ ਇਹਨੂੰ ਖੜਾ ਦਾਂਗੇ, ਇਹਨੂੰ ਬਸ ਫਿਰ ਪੜ੍ਹਾਈ ਦੇ ਟਾਈਮੇ ਕੱਢਣਾ, ਆਪਣਾ ਇੱਕ ਟਰੈਕਟਰ ਕੱਢ ਲੈਣਾ ਆਪਾਂ ਨੇ ਸਟੈਂਡਰਡ ਨੂੰ, ਤੋਰੇ ਫੇਰਿਆਂ 'ਚ ਸਪਰੇਅ ਸਪਰੂ, ਅਤੇ ਸਾਰੇ ਹੁਣ ਸਟੈਂਡਰਡ ਨਾਲੇ ਚੱਲੀ ਜਾਣਾ ਆਪਣਾ। ਇਹਦੇ ਵਿੱਚ ਆਪਾਂ ਨੇ ਐਤਕੀ ਮਿੱਟੀ ਪਾ ਲਈ, 3 ਕਨਾਲਾਂ ਇੱਧਰ ਰਹਿੰਦੀਆਂ ਤੀਆਂ ਇਹ, ਉਹ ਉੱਧਰ ਆਪਾਂ ਨੇ 5 ਕਨਾਲਾਂ ਭਰਤੀ ਦੀਆਂ ਬਣਾ ਲਈਆਂ, ਅਤੇ ਪੂਰਾ 4 ਸਕੀਲਾ ਆਪਾਂ ਨੇ ਹੁਣ ਛੋਟੀ ਜ਼ਮੀਨ ਦਾ ਬਣਾਤਾ। ਇਹ ਕਿਉਂ ਬਣਾਤਾ, ਇੱਕ ਤਾਂ ਇੱਥੇ ਆਪਾਂ ਨੇ ਆਲੂ ਗ੍ਰੇ ਕਰਨੇ ਆ, ਇਹਦੇ 'ਚ ਹੁਣ ਪੀਲਕਾ ਪੈ ਗਿਆ, ਉੱਧਰ ਕਾਲੀ ਮਿੱਟੀ, ਅਲੱਗ ਅਲੱਗ ਤਰ੍ਹਾਂ ਦੀ ਮਿੱਟੀ ਹੋ ਗਈ, ਵੀ ਹੁਣ ਦੇਖਦੇ ਵੀ ਇਹਨੂੰ ਇਕੱਠਾ ਕਰੀਏ ਕਿਆ ਕਰੀਏ, ਮਾੜਾ ਦੱਸਿਓ ਕਮੈਂਟਾਂ 'ਚ ਜ਼ਰੂਰ। ਆਹ ਪੀਲਕਾ ਇੱਧਰ ਲਾ, ਉੱਧਰ ਕਾਲੀ ਮਿੱਟੀ ਆ, ਇੱਧਰ 2 ਕਮੈਨਾਂ ਲੱਗੀਆਂ ਹੋਈਆਂ, ਕਹਿੰਦੇ ਬਰਨਾਲੇ ਵਾਲੀਆਂ 2 ਕਮੈਨਾਂ। ਬੱਬੂ ਬੱਬੂ ਕਹਿੰਦਾ ਜੋ ਮਰਜ਼ੀ ਹੋ ਜਾਵੇ, ਮੇਰੇ ਮੱਛਰ ਨਹੀਂ ਲੜਦਾ ਹੈ ਬੱਬੂ, ਕਹਿੰਦਾ ਸਾਲਾ ਜੇ ਬੋਲਦੇ ਜਿਹਦੀ ਮੂੰਹ 'ਚ ਨੂੰ ਵੀ ਪੈਂਦਾ ਹੈ। ਮੈਂ ਸਹੀ ਗੱਲ ਆ, ਔਖਾ ਬਹੁਤ ਹੈ, ਇੰਨੀ ਤੁਸੀਂ ਕਾਲੀ ਕਾਹਤੇ ਚੜ੍ਹਾਈ ਆ, ਤੁਹਾਨੂੰ ਕੀ ਕਰਾ 'ਚ, ਇੰਨੀ ਕਾਹਤੇ ਤੁਸੀਂ ਯਾਰ, ਜਿਹੜੇ ਕੰਮ ਦੇ ਮਗਰ ਪੈਂਦੇ ਆ ਤੁਸੀਂ, ਬਸ ਐਂ ਹੁੰਦੇ ਫਟਾਫਟ ਨਿਬੇੜ ਦਈਏ, ਸਾਡਾ ਕੰਮ ਨਿਬੇੜਨਾ। ਹੁਣ ਇਹ ਇੰਨੀ ਚਰੀ, ਹੁਣ ਇੰਨੀ ਯਾਰ ਆਪਣੇ ਕੋਲ 2 ਟੋਡਰੂ ਜੀ ਆ, 4 ਕਹੋ ਜਿਹਨਾਂ ਨੇ ਮਾੜਾ ਮਾੜੇ ਜਿਹੇ, ਉਹਨਾਂ ਨੇ ਕੱਖ ਖਾਣੇ ਹੁੰਦੇ ਆ, ਇੰਨੀ ਚਰੀ ਮੇਰਾ ਰਾਹ ਵੜਤੀ ਆ ਪਿੱਛੇ।
ਇੰਨਾ ਕੁ ਛੱਡ ਲੈਂਦੇ ਬਾਅਦ ਚ ਘੱਟ ਦਿੰਦੇ ਪਨੀਰੀ ਵਾਲੇ ਦਾ ਕਦ ਕਰਨਾ ਪਨੀਰੀ ਵਾਲੇ ਦਾ ਕਦ ਕਰਨਾ ਆ ਜਾ ਮਰ ਜਾ ਪਨੀਰੀਆਂ ਬਾਰੇ ਦਿਖਾ ਕਿਹੜੀ ਕਿਹੜੀ ਵਾਤੂ ਹੈ ਕਿਹੜੀ ਕਿਹੜੀ ਦੱਸੋ ਮਰ ਜੀ ਪਨੀਰੀ ਬਾਰੇ ਆਹ ਚੂਹਾ ਭਾਜੀ ਬੜਾ ਪੁੱਠਾ ਹੋਇਆ ਇਹ ਬੜਾ ਡੁੱਬ ਕੇ ਮਰਿਆ 124 ਦਾ ਖਾਲੀ ਹੋ ਗਈ ਇਹ ਹੈ ਨਹੀਂ ਹੈ ਨਾ ਨਹੀਂ ਅਗਲੇ ਕਹ ਰਹੇ ਜਾ ਜਾ ਪਾਏ ਚਲ ਕਿਸੇ ਦਾ ਕੰਮ ਆ ਜੂ ਆਪਾਂ ਤਾਂ ਕਾਹਨੂੰ ਬੋਣੀ ਹੈ ਵਿੱਚੇ ਯਾਰ ਆ 129 ਖੜੀ ਆ ਬੜੀਆਂ ਸੀਸੀਆਂ ਇਕੱਠੀਆਂ ਕਰੀਆਂ ਆ ਚਾ ਕੌਣ ਸੇਵੇ ਅੱਛਾ ਉਧਰ ਚਲੀ ਵਾਲ ਚ ਹੈ ਪਨੀਰੀ ਤਾਂ ਨਹੀਂ ਵਾਧੂ ਕੋਈ ਦੱਸ ਦੇ ਹੁਣ ਮੈਂ ਫਿਰ ਨਹੀਂ ਪਟਵਾ ਦਿੰਦੇ ਨਾ 26 ਨਾ ਮੰਗ ਤੂੰ ਹੋਰ ਦੱਸ 110 ਚਾਹੀਦੀ ਆ ਉਹ ਹੈਗੀ ਆ 129 ਤੂੰ ਬੜੀਆ ਵਰਾਇਟੀ 26 ਤੇ ਉੱਪਰ ਆ ਤੂੰ 29 ਕਿਹਦੇ ਨੂੰ ਆ ਹੁਣ ਆ 129 ਖੜੀ ਆ ਆਪਣੇ ਕੋਲ ਆ 129 ਖੜੀ ਆ ਪਨੀਰੀ ਤੇ ਨਰੋਈਆ ਹੈ ਨਾ ਸੋਹਣੀ ਆ ਹਾਂ ਪਨੀਰੀ ਬਹੁਤ ਵਧੀਆ ਹੈ ਤੂੰ ਪੱਕੜ ਜੀ ਵੀ ਨਹੀਂ ਹੈ ਨਾ ਨਾ ਪੱਕੜ ਜੀ ਕਿੱਥੇ ਆ ਇਹ ਤਾਂ ਨਰਮ ਪਈ ਆ ਨਰਮ ਜੀ ਆ ਆ ਕਹਿੰਦੇ ਸੀ 129 ਆ ਕਿੰਨੇ ਕਿੱਲੇ ਦੀ ਹੋ ਜੂ ਤੇਰੇ ਹਿਸਾਬ ਨਾਲ ਹੋ ਜੂ 2-3 ਕਿੱਲਿਆਂ ਦੀ ਵੱਧਾ ਵੱਧਾ 2-3 ਕਿੱਲਿਆਂ ਤੋਂ ਅੱਛਾ ਉਹ ਤੋਂ ਬਾਅਦ ਆ ਜਾ ਅਗਲੇ ਕਹਿੰਦੇ ਚ ਆਹ ਆ ਕਿਹੜੀ ਆ 110 ਅੱਛਾ 110 ਵੀ ਖੜੀ ਆ ਹਲੇ ਇਹ ਵੀ ਉਹ ਪਰਾਂ ਨੂੰ ਖਾਸੀ ਖੜੀ ਆ ਉਹ ਸਾਰੀ ਉਹ ਖੜੀ ਆ ਪਰਾਂ ਤਾਂ ਇਹ ਵੀ ਹੈਗੀ 4-5 ਕਿੱਲਿਆਂ ਦੀ ਹਨਾ ਵੱਧ ਹੋਊਗੀ ਇਹ ਵੀ 4-5 ਕਿੱਲੇ ਰੱਖ ਇਹ ਵੀ ਹੈਗੀ ਇੰਨੀ ਉਹ ਤੋਂ ਬਾਅਦ ਉਹ ਪਰਾਂ ਦੋ ਕਹਿ ਰਹੇ ਆ ਉਹਨਾਂ ਦਾ ਕੀ ਸੀ ਨਾ ਉਹ ਤਾਂ ਹੈਗੀ 126 ਹਾਂ ਉਹ ਗਿਆ ਉਹ ਕਿਹਾ ਹਨਾ ਉਹ ਵਿਕਿਆ ਬਾਈ ਇੱਕ ਕਿਹਾ ਵਿਕਿਆ ਕਿਹਾ ਹੋ ਗਿਆ ਲੈ ਕੇ ਕਿਹਨੇ ਜਾਣਾ ਉਹ ਭੈਣੀ ਦੇ ਨੇ ਲੈ ਕੇ ਜਾਣਾ ਲੈ ਕੇ ਜਾਣਾ ਅੱਜ ਲੈ ਕੇ ਨਹੀਂ ਗਏ ਅੱਜ ਲੈ ਕੇ ਨਹੀਂ ਗਏ ਬਾਈ ਇੱਕ ਅੱਧਾ ਦਿਨ ਹੋਰ ਦੇਖਣਾ ਲੈ ਕੇ ਤਾਂ ਠੀਕ ਆ ਨਹੀਂ ਫਿਰ ਪਟਾ ਦੇਣਾ ਕਿਸੇ ਨਾ ਕਿਸੇ ਨੂੰ ਠੀਕ ਆ ਅੱਜ ਫਿਰ ਵਿੱਚ ਤਲ ਭੇਟ ਦੇਣੀ ਆ ਲੇਬਰ ਚੱਲ ਰਹੀ ਆ ਆ 126 ਪੱਟ ਰਹੇ ਆ ਛੋਟੇ ਬਾਈ ਕਿਹਨੇ ਜਾਊਗੀ ਬਾਕੀ ਬਿੰਦੇ ਬਾਈ ਨੇ ਪੱਟਣੀ ਉਹ 1509 ਤੇ 1509 ਉਹ ਵੀ ਬੱਚੀ ਵੀ ਹੈਗੀ ਅੱਧੇ ਕਿੱਲੇ ਦੀ ਜਿਹੜੀ ਉਹ ਪਨੀਰੀ ਵਾਲੇ 26 ਬਥੇਰੀ ਲਾ ਲਈ ਯਾਰ ਹੁਣ 26 ਲਾਈ ਜਾਣੀ ਆ ਲੱਗ ਗਏ ਹੁਣੇ 10-15 ਪਹਿਲਾਂ ਤਾਂ ਆਪਣੇ ਉਹਦੇ ਵਿੱਚ ਕੰਬਾਈਨ ਚੈੱਕ ਹੋ ਜਾਣੀ 1509 ਚ ਗਾਹ ਜਾ ਕੇ ਉਹ ਦਿਖਾ ਦੀ 1509 ਖੜੀ ਆ ਉਹ ਬਸ ਅੱਧੇ ਕਿੱਲੇ ਦੀ ਹੋਊਗੀ ਵੱਧ ਤੇ ਵੱਧ ਬੂਟੇ ਦੇ ਉੱਪਰ ਉੱਪਰ ਪੈਦਾ ਰੈਗੂਲੇਟਰ ਦਾ ਆਹੀ ਤਾਂ ਫਾਇਦਾ ਇੱਕ ਤੋਂ ਸਿੱਧਾ ਨੀ ਚੱਲਦਾ ਹੈਗਾ ਸਿੱਧਾ ਚੱਲ ਪਰਾਂ ਤੇ ਆ ਮਤਲਬ ਜ਼ਿੰਦਗੀ ਹੁਣ ਥੋੜੀ ਵੀ ਦੀਵਾਰ ਤੇ ਵੱਢਣੀ ਬਾਟੇ ਆਪਾਂ ਨੇ ਇੱਕ ਤਾਂ ਜਾਨੂੰ ਗਾਹਾਂ ਜਾ ਕੇ ਤਾਂ ਗਰਮੀ ਵੱਜਣੀ ਹੈ ਨੰਬਰ 2 ਗਰਮੀ ਵੱਜਣੀ ਇੱਕ ਆ ਨਾ ਫਿਰ ਝੁੱਕ ਕੇ ਵੱਢਣੀ ਬਹੁਤ ਔਖੀ ਹੈ ਬਹੁਤ ਔਖੀ ਹੈ ਇੱਥੇ ਤੇ ਹੁਣ ਤੂੰ ਖੜੇਗਾ ਉਹਦੇ ਤੇ ਦਾਤੀ ਕਿਵੇਂ ਪਾਏਗਾ ਵਿੱਚ ਵੜਨ ਨੂੰ ਨਹੀਂ ਜੀ ਕਰਦਾ ਵਾਪਸੀ ਆਉਣ ਨੂੰ ਕਰਦਾ ਜੋ ਖਾਦਾ ਪੀਤਾ ਹੁੰਦਾ ਉਦੋਂ ਰੋਟੀ ਰੋਟੀ ਖਾ ਕੇ ਤੁਰਦੇ ਆਪਾਂ ਘਰ ਤੋਂ ਉਹ ਜਦ ਆ ਕੇ ਬਹਿੰਦੇ ਆ ਬਸ ਹੋ ਜਾਂਦੀ ਹੈ
ਇੱਕ ਸਿਸਟਮ ਐਸੇ ਕਰੇ ਪਏ ਆਪਾਂ ਤੇ ਬੈਠ ਨਹੀਂ ਹੁੰਦਾ ਹੁਣ ਇੰਨਾ ਬੈਠ ਕੇ ਕੰਮ ਹੁੰਦਾ ਨਹੀਂ ਹੁਣ ਜ਼ਿਆਦਾ ਡਰਾਈਵਰੀ ਹੋਊਗੀ ਹੈ ਨਾ ਕਿਉਂਕਿ ਹੁਣ ਜਾ ਹੀ ਕੰਮ ਆਉਣਗੇ ਇਹ ਬੰਦਾ ਸਾਡਾ ਡਰਾਈਵਰ ਬੰਦਾ ਭਾਈ ਇਹਦਾ ਵੀ ਟਰੱਕ ਵਾਲਿਆਂ ਵਾਂਗ ਲੱਤਾਂ 'ਚ ਜਾਨ ਘੱਟੇ ਆ ਇਹਦੇ ਪੈ ਜਾਂਦਾ ਜਦੋਂ ਜ਼ਿਆਦਾ ਡਰਾਈਵਰੀ ਕਰੀ ਜਾਈਏ ਨਾ ਇਹ ਚੀਜ਼ਾਂ 'ਤੇ ਫਰਕ ਪੈਂਦਾ ਟਰੱਕ ਵਾਲਿਆਂ ਦਾ ਦੇਖ ਲਈ ਜਦੋਂ ਉਤਰਨਗੇ ਤੇਲ ਪਾਉਣ ਵਾਸਤੇ ਉਤਰਦੇ ਆ ਮਰ ਗਏ ਹੋਏ ਨਹੀਂ ਆ ਦੇਖੀ ਆ ਚੀਜ਼ ਤੋਂ ਕਮਜ਼ੋਰ ਪੈ ਜਾਂਦੇ ਆ ਜਿਹੜੇ ਜ਼ਿਆਦਾਤਰ ਟਰੱਕ ਚਲਾਉਂਦੇ ਰਹਿੰਦੇ ਆ ਨਾ ਲੰਬਾ ਚਲਾਉਂਦੇ ਰਹਿੰਦੇ ਆ ਆਪਣੇ ਲਈ ਤੂੰ ਫਰਕ ਪਾਉਂਦੀਆਂ ਨੇ ਇਹ ਚੀਜ਼ਾਂ ਚਲ ਬਾਈ ਕੰਮ ਅਸੀਂ ਖਿੱਚਿਆ ਪਿਆ ਜੀ ਦੋ ਦੋ ਗੱਟੇ ਉਹ ਜੂਰੀਏ ਦੇ ਕਰਤੇ ਆ ਬਾਈ ਪਨੀਰ ਹੀ ਲੈ ਜਿਓ ਜੇ ਕਿਸੇ ਵੀਰੇ ਵੀਰ ਨੇ ਲੈ ਕੇ ਜਾਣੀ ਆ ਬਹੁਤ ਖੜੀ ਆ ਬਹੁਤ ਖੜੀ ਆ ਬਹੁਤ ਕਿੱਥੇ ਖੜੀ ਆ ਜੋ ਉਹ ਪੁੱਛ ਲਾ ਉਧਰ ਉਹਦੇ ਕਿੱਲੇ ਦੀ ਖੜੀ ਆ ਇੱਕ ਆ ਖੜੀ ਆ ਗੱਬੇ ਜਿਹਨੂੰ ਚ ਕਿਹੜਾ ਕਹਿ ਰਹਾ ਉਹ 129 ਦਾ ਪਤਾ ਨਹੀਂ 4 ਕਿੱਲਿਆਂ ਦੀ 29 ਖੜੀ ਆ 4 ਕਿੱਲਿਆਂ ਦੀ 110 ਖੜੀ 110 ਤਾਂ ਘੱਟ ਆ 110 ਦਾ ਤਾਂ ਨਾਲੇ ਕਹਿੰਦੇ ਵੀ ਹੁਣ ਟਾਈਮ ਲੰਘ ਗਿਆ ਰਾਵੜ ਚੜੀ ਗਈ ਅੱਜ ਦੋਹਾਂ ਦੇ ਨੰਬਰ ਦੇ ਦੇ ਦੋਏ ਫਸੇ ਪਏ ਅੱਜ ਟਰਾਲੀ ਦੀ ਗੱਲ ਚੱਲ ਰਹੀ ਹੈ ਬਈ ਮਿਹਨਤ ਦੇਖੋ ਇਹ ਬੰਦਿਆਂ ਦੀ ਲੰਬੜਦਾਰ ਕੈਸਾ ਹੈ ਲੇ ਤੂੰ ਬੰਦੇ ਤੇਰੇ ਜ਼ਿਆਦਾ ਨਹੀਂ ਆਏ ਇਸ ਵਾਰ ਕੰਮ ਬੰਦੇ ਆਏ ਅੱਛਾ ਤੂੰ ਇਸੇ ਬਤਾ ਤੇਰਾ ਜ਼ਿਲ੍ਹਾ ਕੌਣ ਸਾ ਹੈ ਨੇਪਾਲੀ ਹੈ ਤੂੰ ਤੋ ਹਨਾ ਨੇਪਾਲ ਕਾ ਨੋਟ ਨਹੀਂ ਦੇਖਾ ਮੈਨੇ ਇਸ ਵਾਰ ਨੇਪਾਲੀ ਮੇਰੇ ਕੋ ਨੋਟ ਦਿਖਾ ਇਸ ਵਾਰ ਨੇਪਾਲੀ ਨੋਟ ਇੱਕ ਵੀ ਨਹੀਂ ਲੈ ਕੇ ਆਇਆ ਅੱਛਾ ਨਹੀਂ ਤਾਂ ਹੋਤਾ ਤੋ ਦਿਖਾ ਦੇਤਾ ਅਪ ਇਧਰ ਕਾ ਮਤਲਬ 10 ਰੁਪਏ ਨਾ 100 ਰੁਪਏ ਉਧਰ ਜਾ ਕੇ ਕਿੰਨਾ ਬਣਦਾ ਹੈ 160 ਰੁਪਏ ਹੁੰਦਾ ਹੈ 160 ਰੁਪਏ ਬਣ ਜਾਂਦਾ ਹੈ ਠੀਕ ਹੈ ਨੇਪਾਲ ਕਾ ਔਰ ਪਾਕਿਸਤਾਨ ਕਾ ਸੇਮ ਸੇਮ ਹੀ ਹੈ ਪਾਕਿਸਤਾਨ ਕਾ ਵੀ ਥੋੜਾ ਫਰਕ ਹੈ ਹਨਾ ਉਹ ਪਾਕਿਸਤਾਨ ਕਾ ਹਮਕੋ ਮਾਲੂਮ ਨਹੀਂ ਹਾਂ ਉਸਕਾ ਵੀ ਇਤਨੇ ਹੀ ਡਬਲ ਹੈ ਉਸਕਾ ਮੇਰੇ ਖਿਆਲ ਨਾਲ ਉਸਕਾ ਨਹੀਂ ਉਸਕਾ ਜ਼ਿਆਦਾ ਫਰਕ ਪੜਤਾ ਹੈ ਬੋਲ ਵੀ ਡਾਊਨ ਹੈ ਨੇਪਾਲ ਸੇ ਕੋਈ ਸਮਾਨ ਕਾ ਫਰਕ ਨਹੀਂ ਪੜਤਾ ਹੈ ਜੈਸੇ ਇਧਰ ਅਚਾ ਇੰਡੀਆ ਕਾ 100 ਰੁਪਏ ਹੋਗਾ ਤਾਂ ਪਾਕਿਸਤਾਨ ਕਾ ਕਿਤਨਾ ਹੋਗਾ ਉਧਰ ਕਾ ਯਾਰ ਬਣਤਾ ਹੈ ਉਧਰ ਨਾ ਮੈਂ ਇਸ ਵਾਰ ਗੁਰਦੁਆਰਾ ਸਾਹਿਬ ਮੇ ਗਿਆ ਤਾਂ 250 ਸੇ ਉੱਪਰ ਬਣਤਾ ਹੈ ਅੱਛਾ ਸਹੀ ਕਾ ਹਾਂ ਅੱਛਾ ਇਤਨਾ ਫਰਕ ਪੜਤਾ ਹੈ ਨਹੀਂ ਬਣਤਾ ਹੈ 160 ਬਣਤਾ ਹੈ ਮਗਰ ਹਮ ਲੋਗ ਕਾ ਹੈ ਨਾ ਬੋਰਡਰ ਸਾਈਡ ਕਾ ਹਾਂ ਬੋਰਡਰ ਸਾਈਡ ਕਾ ਹੂੰ ਇਸਕੇ ਇਧਰ ਜੈਸੇ ਚੀਨੀ ਕੈਸੇ ਮਿਲਤਾ ਹੈ 40 38 ਰੁਪਏ ਮਿਲਤਾ ਹੋਗਾ 38 36 ਮਿਲਤਾ ਹੋਗਾ आज तेरे से एक बात करनी है मैंने पहले तो ये बता मैं ना मशीन का ट्रायल किया इस बार मैंने तो नीचे कमेंट आए बहुत मतलब बंदे ने ऐसा बोला है भी तुम लेबर का काम खत्म कर रहे हो अभी मेरे को पहले ये बता चलो लेबर का काम नहीं मैं खत्म कर रहा है ना अभी तुम्हारे उधर मेरे जैसा लड़का कितना है ਕੋਈ ਆਪਣੇ ਆਪ ਕੋ ਯੇ ਸਮਝਤਾ ਵੀ ਮੈਂ ਜੀਰੀ ਲਗਾਨੇ ਕੇ ਲਿਏ ਦਾਨ ਲਗਾਨੇ ਕੇ ਲਿਏ ਪੰਜਾਬ ਜਾਊਂਗਾ ਜਾਂ ਹਰਿਆਣਾ ਜਾਊਂਗਾ ਉਹ ਸੋਚਤਾ ਹੈ ਜਾਂ ਨਹੀਂ ਸੋਚਤਾ ਪਹਿਲੇ ਕਾ ਆਦਮੀ ਸੋਚਤਾ ਸਾਰਾ ਅਭੀ ਜਿਤਨਾ ਵੀ ਆਤਾ ਹੈ ਸਾਰਾ ਬੁੜਾ ਬੰਦਾ ਹੀ ਆਤਾ ਹੈ ਕਿ ਫਰਕ ਹੈ ਹੈਨਾ ਜੋ ਨਿਆ ਨੌਜਵਾਨ ਹੈ ਉਹ ਤਾਂ ਨਹੀਂ ਆਤਾ ਉਹ ਨਹੀਂ ਆਤਾ ਕਿਉਂ ਨਹੀਂ ਆਤਾ ਵੀ ਉਨਕੋ ਉਧਰ ਕਾਮ ਅੱਛਾ ਮਿਲਣੇ ਲੱਗਿਆ ਦਾਨ ਉਪਰ ਲਗਾਨੇ ਕੋ ਨਹੀਂ ਜਾਏਗੇ अभी हमारे गांव में ऐसी स्थिति बन गई हमारे गांव में ऐसी स्थिति बन गई भी हमको अगर एक बंदा लेबर के लिए एक मतलब पक्का ही चाहिए अपन नु रखने वास्ते तो वो मिलता नहीं है वो बोलता है मैं दिहाड़ी करूंगा दिहाड़ी चाहे एक महीना दिहाड़ी करवा ले 15 दिन दिहाड़ी करवा ले अभी यार बंदा काम करने को मानते ही नहीं है तो मशीने तो लानी पड़ेगी लानी तो पड़ेगी ना अभी कौन जिम्मेदार चाहेगा मैं 15-20 लाख लगाऊं मशीन अभी बासमती लगने ही हट गया पहले बासमती कितना लगता था अपने गांव में लेबर की प्रॉब्लम से फिर लगने से ही हट गया ना
अभी अगर मतलब लेबर आएगी भी तो लेबर का रेट भी देखना कितना हो गया, उतने की पराली नहीं बिकती जितना के लेबर ले जाती है। मैं उस दिन वीडियो डाला था तो बंदे बोलते हैं भी लेबर का तुम काम खत्म कर रहे हो, इसके भी हम नहीं लेबर का, लेबर आ नहीं रही। अपना तो चलो उधर से आते हैं, अपना तो पंजाब में एंटर होती सारा अपना गाँव आ जाता है, हरियाणा से जद क्रॉस करके पंजाब में आए ਆਪਾਂ ਤਾਂ ਇੰਟਰਵਿਊ ਹੋ ਜਾਂਦਾ, ਉਹ ਵੀ ਅੰਮ੍ਰਿਤਸਰ ਸਾਈਡ ਕਿਤਨਾ ਪੰਜਾਬ ਆਲੇ ਦੁਆਲੇ ਕੋਲ ਫੈਲਿਆ ਹੋਇਆ। ਆਹ ਛੱਬੀ ਪੱਟੀ ਆਪਾਂ ਨੇ ਛੱਬੀ ਹੈ ਨਾ ਨਿਬੜ ਗਈ ਆਪਣੀ ਛੱਬੀ ਤਾਂ, ਅੱਛਾ ਹਾਲੇ ਹੈਗੀ ਆ ਹੋਰ, ਚਲੋ ਦੇਖਦੇ ਹਾਂ ਜੇ ਕੱਲ ਨੂੰ ਲੈ ਕੇ ਠੀਕ ਹੈ ਨਹੀਂ ਫਿਰ ਆਪਾਂ ਚੱਕ ਦੇਣੇ ਫੱਟੇ। ਜੇ ਕੱਲ ਨੂੰ ਪਾਣੀ ਛੱਡਣਾ ਫਿਰ ਤਾਂ ਠੀਕ ਆ, ਹੁਣ ਜੇ ਕੱਲ ਨੂੰ ਪਾਣੀ ਛੱਡਣਾ ਨਾਲੇ ਕੱਖ ਦੀ ਜੜਾਈਆਂ ਹਿੱਲ ਜਾਣਗੀਆਂ। ਇਹ ਜਾਊ ਜੱਗੇ ਬੋਸ ਕੋਲ, ਮਾੜਾ ਡਰਾਈਵਰ ਮਾਰ ਲ। ਉਹ ਗੱਲ ਕਰਦੇ ਤੇ ਅਸੀਂ ਦੇਖੀ ਦੇਖੀ ਅਸੀਂ ਗੱਲ ਕਰਦੇ ਤੇ ਵੀ ਮਾੜਾ ਡਰਾਈਵਰ ਵੀ ਮਾਰ ਲੈਂਦਾ। ਦੇਖ ਆਪਣੇ ਆਪ ਨੂੰ ਸਾਡਾ ਮਾੜਾ ਨੀ ਕਹਾਉਂਦਾ, ਟਰੈਕਟਰ ਦਾ ਕਸੂਰ ਕਰ ਦੂਗਾ, ਟਰੈਕਟਰ ਦਾ ਕਸੂਰ ਕਰ ਦੂਗਾ, ਆਪਣਾ ਨੀ ਕੱਢਣ ਦਿੰਦਾ। ਕੰਟਰੋਲ ਲਾ ਕੇ ਚੱਲ ਯਾਰ, ਕੰਟਰੋਲ ਲਾ ਕੇ ਕੰਟਰੋਲ ਮੈਂ।